ਬੱਸ ਨੂੰ ਬੈਕ ਕਰਵਾਉਂਦੇ ਸਮੇਂ ਕੰਡਕਟਰ ਦੇ ਉੱਪਰ ਹੀ ਉਸਦੀ ਬੱਸ ਚੜ ਗਈ ਹੈ, ਜਿਸ ਦੇ ਕਾਰਨ ਕੰਡਕਟਰ ਦੀ ਦਰਦਨਾਕ ਮੌਤ ਹੋ ਗਈ ਹੈ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇੱਕ ਥਾਂ ਦੇ ਉੱਤੇ ਜਾਮ ਲੱਗਿਆ ਹੋਇਆ ਸੀ ਅਤੇ ਡਰਾਈਵਰ ਦੇ ਵੱਲੋਂ ਜਦੋਂ ਬੱਸ ਬੈਕ ਕੀਤੀ ਜਾ ਰਹੀ ਸੀ ਤਾਂ ਕੰਡਕਟਰ ਬੱਸ ਦੇ ਪਿੱਛੇ ਆ ਗਿਆ, ਜਿਸ ਦੇ ਕਾਰਨ ਪਹਿਲਾਂ ਤਾਂ ਬੱਸ ਦੀ ਉਸਨੂੰ ਫੈਟ ਲੱਗੀ ਅਤੇ ਉਹ ਨੀਚੇ ਡਿੱਗਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਟਾਇਰ ਜੋ ਹੈ ਉਸਦੇ ਉੱਪਰੋਂ ਨਿਕਲ ਜਾਂਦਾ, ਜਿਸ ਦੇ ਕਾਰਨ ਕੰਡਕਟਰ ਦੀ ਉਸੇ ਥਾਂ ਦੇ ਉੱਤੇ ਮੌਤ ਹੋ ਜਾਂਦੀ ਹੈ। ਤਾਂ ਮਾਮਲਾ ਖੰਨਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਕੰਡਕਟਰ ਦੇ ਉੱਪਰ ਉਸਦੀ ਹੀ ਬੱਸ ਚੜ ਗਈ ਹੈ। ਬੱਸ ਨੂੰ ਬੈਕ ਕਰਦੇ ਸਮੇਂ ਇਹ ਭਿਆਨਕ ਹਾਦਸਾ ਵਾਪਰਿਆ ਅਤੇ ਹੁਣ ਡਰਾਈਵਰ ਦੇ ਖਿਲਾਫ ਅਣਗਹਿਲੀ ਦਾ ਮਾਮਲਾ ਦਰਜ ਕਰ ਲਿਆ ਗਿਆ। ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਹੁਣ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਉਹਨਾਂ ਦਾ ਜੋ ਪੁੱਤ ਸੀ ਉਹ ਕੰਡਕਟਰੀ ਕਰ ਰਿਹਾ ਸੀ, ਪਰ ਬੀਤੇ ਦਿਨਾਂ ਡਰਾਈਵਰ ਦੀ ਅਣਕਹਿਲੀ ਦੇ ਕਾਰਨ ਹੁਣ ਉਸਦੀ ਜਾਨ ਚਲੀ ਗਈ ਹੈ। ਤਾਂ ਰਣਜੀਤ ਸਿੰਘ ਵਜੋਂ ਕੰਡਕਟਰ ਦੀ ਪਹਿਚਾਣ ਹੋਈ ਹੈ, ਜੋ ਕਿ ਇੱਕ ਨਿੱਜੀ ਬੱਸ ਦੇ ਵਿੱਚ ਕੰਡਕਟਰੀ ਕਰਦਾ ਸੀ ਅਤੇ ਬੀਤੇ ਦਿਨਾਂ ਜਦੋਂ ਬੱਸ ਨੂੰ ਬੈਕ ਕਰਵਾ ਰਿਹਾ ਸੀ ਤਾਂ ਉਸਨੂੰ ਬੱਸ ਨੇ ਪਹਿਲਾਂ ਤਾਂ ਫੈਟ ਮਾਰ ਦਿੱਤੀ ਅਤੇ ਫਿਰ ਉਸਦੇ ਉੱਪਰੋਂ ਹੀ ਟਾਇਰ ਨਿਕਲ ਜਾਂਦਾ, ਜਿਸ ਦੇ ਕਾਰਨ ਉਸਦੀ ਮੌਤ ਹੋ ਗਈ ਹੈ। ਤਾਂ ਸਮਰਾਲਾ ਤੋਂ ਇਹ ਮਾਮਲਾ ਸਾਹਮਣੇ ਆਇਆ। ਮੇਰਾ ਛੋਟਾ ਬ੍ਰਦਰ ਸੀ। ਕੀ ਨਾਮ ਸੀ ਉਹਨਾਂ ਦੀ? ਉਮਰ ਕਿੰਨੀ ਕੁ ਸੀ? ਰਣਜੀਤ ਸਿੰਘ ਨਾਂ ਹੈ ਜੀ। 35 ਸਾਲ ਉਮਰ ਸੀ ਜੀ। ਕੀ ਕੰਮ ਕਰਦੇ ਸੀ ਜੀ? ਕਨੈਕਟਰੀ ਕਰਦੇ। ਕਿੱਥੋਂ ਕਿੱਥੇ ਜਾ ਰਹੇ ਸੀ? ਕੀ ਘਟਨਾ ਵਾਪਰੀ ਜੀ? ਉਹ ਮਾਛੀਵਾੜੇ ਤੋਂ ਖੰਨਾ ਜਾ ਰਹੇ ਸੀ, ਰਾਹ 'ਚ ਜਾਮ ਲੱਗ ਗਿਆ ਜੀ। ਉੱਥੋਂ ਜਾਮ ਤੋਂ ਗੱਡੀ ਬੈਕ ਕਰਾ ਰਹੇ ਸੀ, ਡਰਾਈਵਰ ਦੀ ਅਣਗਹਿਲੀ ਨਾ ਜੀ ਪਿੱਛੇ ਆ ਗਿਆ ਕਨੈਕਟਰ, ਕਨੈਕਟਰ ਦੀ ਉੱਥੇ ਮੌਕੇ 'ਤੇ ਮੌਤ ਹੋ ਗਈ। ਗੱਡੀ ਉੱਪਰ ਚੜ ਗਈ? ਹਾਂਜੀ, ਗੱਡੀ ਬੈਕ ਕਰਦੇ ਤੋਂ ਉੱਪਰ ਚੜ ਗਈ। ਕਨੈਕਟਰ ਸੀਗਾ ਇਹ ਬੱਸ ਪਿੱਛੇ ਕਰਾ ਰਿਹਾ ਸੀਗਾ, ਹਰਜੀਤ ਸਿੰਘ ਸਾਨੂੰ ਹਰ ਸਿੰਘ ਬੱਸ ਤਨਹੇੜੀ ਪੀ ਐਸ ਵੱਲੋਂ ਇਹਦਾ ਪਤਾ ਕਰੇਗਾ। ਇਹ ਫੇਟ ਲੱਗਣ ਆ ਕੇ ਮੂੰਹ ਭੰਡੇ ਪਿਆ, ਮੌਕੇ 'ਤੇ ਮੌਤ ਹੋ ਗਈ। ਇਹਦੀ ਕਾਰਵਾਈ ਅਮਰ ਚਲਾਉਂਦੀ ਜਾ ਰਹੀ ਹੈ। ਹਰਪ੍ਰੀਤ ਸਿੰਘ ਡਾਕਟਰ ਸਾਹਿਬ ਨੇ ਡਰਾਈਵਰ ਵਾਸਤੇ ਦੋ ਲੈ ਕੇ।